ਕਦੇ ਕਦੇ ਲੱਗਦਾ ਹੈ ਕਿ ਔਰਤ ਹੋਣਾ ਇੱਕ ਸਜ਼ਾ ਹੈ। ਨਾ ਪੜ੍ਹੇ ਤਾਂ ਅਨਪੜ੍ਹ ਗਵਾਰ, ਪੜ੍ਹ ਲਵੇ ਤਾਂ ਪੜ੍ਹਾਈ ਦਾ ਘਮੰਡ ਹੈ। ਵਿਆਹ ਨਾ ਕਰੇ ਤਾਂ ਬਦਚਲਨ ਨੱਕ ਚੜੀ ਹੈ, ਅਤੇ ਜੇ ਕਰ ਲਵੇ ਤਾਂ ਹੁਣ ਆਇਆ ਉੱਠ ਪਹਾੜ ਦੇ ਥੱਲੇ। ਸਭ ਨਾਲ ਮਿਲ ਕੇ ਰਹੇ ਤਾਂ ਚਲਾਕ, ਮਿਲ ਕੇ ਨਾ ਰਹੇ ਤਾਂ ਘਮੰਡੀ। ਪੜ੍ਹ ਲਿਖ ਕੇ ਘਰ ਰਹੇ ਤਾਂ ਕਿਉਂ ਇੰਨੇ ਸਾਲ ਅਤੇ ਪੈਸੇ ਖਰਾਬ ਕੀਤੇ। ਨੌਕਰੀ ਕਰੇ ਤਾਂ ਪਰ ਨਿਕਲ ਆਏ, ਨੌਕਰੀ ਦਾ ਘਮੰਡ ਹੈ। ਸਹਿਕਰਮੀਆਂ ਨਾਲ ਮੇਲ ਜੋਲ ਰੱਖੇ ਤਾਂ ਚਰਿੱਤਰਹੀਨ, ਅਤੇ ਜੇ ਨਾ ਰੱਖੇ ਤਾਂ ਛੋਟੀ ਸੋਚ ਵਾਲੀ। ਇਹ ਹੈ ਇੱਕ ਔਰਤ ਦੇ ਜੀਵਨ ਦੀ ਸੱਚਾਈ। ਆਪਣੀ ਸੋਚ ਨੂੰ ਬਦਲੋ ਤਾਂ ਹੀ ਸਮਾਜ ਬਦਲੇਗਾ। ਜੇ ਤੁਸੀਂ ਇਸ ਵੀਡੀਓ ਦੇ ਨਾਲ ਸਹਿਮਤ ਹੋ ਤਾਂ ਸ਼ੇਅਰ ਜ਼ਰੂਰ ਕਰਿਓ। ਤੁਹਾਡਾ ਬਹੁਤ ਬਹੁਤ ਧੰਨਵਾਦ।